सत श्री अकाल जी, वेलकम टू अवर यूट्यूब चैनल जिहदा नाम है अमन जस व्लॉग्स। ते असीं आ गए नवें व्लॉग दे नाल। ते असीं कित्थे चले, तुसीं टाइटल देख ही लिता होणा है। साडा बैड गया टुटा टुट गया आ बैड। टुट इन द सेंस शायद ओह पुराना ज्यादा हो गया है ना, काफी टाइम पुराना है। मैनूं लगदा नूं 7-8 साल हो गया है ना। सो इस करके वो थोड़ा खराब हो गया है। आपां नूं सैट भी कराया एक दो वारी, पर हुण सैटिंग बनती नहीं पई। सो इस करके अज असी जा रहे हैं बैड देखण। पहला देखते हैं भी सोहना तो मिलता कि नहीं। बिल्कुल। तो असी काफ़ी दिनों तो परेशान से बैड करके। असी मैं लगता मी 2 महीने हो गए। हाँ, सानू सी भी जुगाड़ हो जूगा। असी 2 महीने तो टुटे बैड से सो रहे हैं। तो अही पहला सही भी करवाया, असी लकड़ भी सही करवाई। तो 2-3 बारी बुला लिया असी मिस्त्री नू, मिस्त्री इन द सेंस कारपेंटर नू। तो असी बुला लिया, तो बट नहीं सही होया। असी उन्होंने 2 महीने हो गए क्या, चल सो के देखते हैं ना। ਉਹ ਫੇਰ ਥੱਲੇ ਨੂੰ ਆ ਜਾਣਾ, ਫੇਰ ਸਹੀ ਕਰਵਾਇਆ ਦਾ, ਫੇਰ ਥੱਲੇ ਨੂੰ ਆ ਜਾਂਦਾ। ਕਿੰਨੀ ਵਾਰ ਤਾਂ ਅਸੀਂ ਦੋਨੋਂ ਜਿਹੜੇ ਥੋੜੀ ਲੈ ਕੇ ਵੀ ਕੀਤਾ ਉਹਨੂੰ ਠੀਕ। ਤੇ ਹੁਣ ਕੀ ਕਹਿ ਸਕਦੇ ਆ, ਫਾਈਨਲੀ ਹੁਣ ਉਹਦੀ ਉਮਰ ਹੋ ਚੁੱਕੀ, ਐਕਸਪਾਇਰ ਹੋ ਗਿਆ। ਇਸ ਬੈੱਡ ਨਾਲ ਬਹੁਤ ਜ਼ਿਆਦਾ ਜੁੜੀਆਂ ਸਾਡੀਆਂ। ਤੇ ਬਟ ਹੁਣ ਦੇਖਣ ਚੱਲਦੇ ਆ ਬੈੱਡ, ਤੇ ਦੇਖਦੇ ਆ ਪਸੰਦ ਆਂਦਾ ਕਿ ਨਹੀਂ। ਅਸੀਂ ਫਾਈਨਲੀ ਲੈਣ ਨਹੀਂ ਚੱਲੇ ਹਲੇ, ਸਿਰਫ ਪਸੰਦ ਕਰਨ ਚੱਲੇ ਆ। ਤੇ ਹੁਣ ਆਪਾਂ ਚੱਲੀਏ, ਸਾਡਾ ਬੈੱਡ ਰਿਹਾ ਪਿੱਛੇ, देख सकते हो बहुत सोहना लग रहा है। ते बट आप चलते हैं, उन ज्यादा टाइम नहीं लावांगे। yes. ते आप चलते हैं, देखते हैं नवा बैड किदा दे, किन्ने किन्ने रेट च आ, क्योंकि मैं सुनया कि बैड बहुत महंगे हो गया। बाकी जाके देखते हैं। और असीं पिछे खड़े तुहाडे भी डबल डबल डबल। ते आप चलते हैं तो उत्थे जाके देखते हैं की रेट है डबल बैड का, ते सिंगल बैड का। जे सिंगल है 2 ले लांगे। हां सिंगल है 2 ले लांगे। वाह किड्डी कैंट गल की। ਤੇ ਆਪਾਂ ਚੱਲਦੇ ਚਲੀਏ। ਹਾਂਜੀ ਚਲੋ ਜੀ, ਅਸੀਂ ਮਾਰਕੀਟ ਆ ਗਏ ਆ। ਤਾਂ ਸਾਰੀ ਮਾਰਕੀਟ ਹੈ ਦੂਰ ਦੂਰ ਤੱਕ। ਹਾਂਜੀ ਕਾਫੀ ਜ਼ਿਆਦਾ ਲੰਬੀ ਆ, ਅੱਗੇ ਵੀ ਹੈਗੀ ਆ ਨਾ ਮਾਰਕੀਟ। ਤੇ ਇਹਦੇ ਉਹ ਕਿੱਥੇ ਗਏ ਨੇ, ਆਉਂ ਜੀ ਇੱਧਰ ਇੱਧਰ ਆ ਬੈਠ, ਸੋਹਣਾ ਲੈ ਜੀਏ। ਡਨ ਡਨ ਗੱਦੇ ਵਿੱਚ ਰਹਿੰਦੇ ਪੁੱਛਾਂਗੇ ਤਾਂ ਫ੍ਰੀ ਕੰਪਲੀਮੈਂਟਰੀ। ਔਰ ਐਡ ਆ ਵੀ ਸੋਹਣਾ ਨਾ, ਪਰ ਆਪਾਂ ਆਪਣੇ ਘਰ ਦੇ ਹਿਸਾਬ ਨਾਲ ਲਵਾਂਗੇ। ਸੋਹਣੇ ਦਾ ਕਹਿ ਸਾਰੇ ਹੀ ਆ, ਬਾਕੀ ਬਜਟ ਵੀ ਦੇਖਣਾ ਜੀ। ਹਾਂ ਚਲੋ, ਇਹਨੂੰ ਮੈਨੂੰ ਲੱਗਦਾ ਇਹਨਾਂ ਨੇ ਕੋਈ ਸੇਲ ਨਹੀਂ ਕਰਨੀ ਇਹਨਾਂ ਨੇ। ਆਪਾਂ ਅੱਗੇ ਚੱਲਦੇ ਆ। ਬੈੱਡ ਤਾਂ ਕਾਫੀ ਆ, ਪਰ ਵੇਚਣ ਵਾਸਤੇ ਕਿਸੇ ਨੇ ਨਹੀਂ ਲਾਏ, ਉਦਾਂ ਹੀ ਸ਼ੋਅ ਵਾਸਤੇ ਲਾਏ ਆ, ਹੈਨਾ। ਓ ਬਾਈ ਆ ਗਿਆ, ਆ ਵੀ ਬੜਾ ਪਿਆਰਾ ਲੱਗਦਾ। ਆ ਜਾ ਯਾਰ, ਰੇਟ ਦੱਸ ਸਾਨੂੰ, ਜਿਹੜੇ ਹਾਲ ਨਾਲ ਪਹਿਨ ਸਾਨੂੰ। ਸੁਣ ਗ੍ਰੇ ਵੀ ਸੋਹਣਾ, ਬਲੈਕ ਪੁੱਛੇ, ਬਲੈਕ ਵੀ ਸੋਹਣਾ ਲੱਗਦਾ। ਹਾਂ ਦੇਖ ਲੈਨੇ ਬਾਕੀ। ਮੈਂ ਬੈਡ ਦਾ ਕੀ ਪ੍ਰਾਈਸ ਆ, 12 12 ਦਾ। ਔਰ ਗੱਦੇ गद्दे फ्री है साथ में नहीं अच्छा और कोई डिजाइन अनाली तो ही है ये साथ वाला देख लो, हमारा नहीं है, है नहीं कोई उधर। अच्छा इसका अच्छा काम करे होगा। अच्छा इसका 12,000 बता रहे हो ना आप। ब्लैक कलर में नहीं है भाई, ब्लैक में, ब्लैक में एक बड़ा पिक्चर पूरा प्योर ब्लैक में। वेलकम टू अवर नैक्सट डे। तुम पहला क्लिप्स के देखा होना भी असी बैड लगभग जाते असी पहले गए जी सरहंद रोड से मार्केट है उत्ते। उस तो बाद असी चंडीगढ़ भी आए तो कुछ खास पसंद नहीं आए बैड, उत्ते एक पसंद आया आ पर ओदा सानू रेट बहुत ज्यादा लग्या। सो इस वारी मतलब अज असी एक होर मार्केट है फर्नीचर मार्केट कुराली रोड के उत्ते ਉੱਥੇ ਇੱਕ ਵਾਰੀ ਟਰਾਈ ਕਰਾਂਗੇ। ਜੇ ਉੱਥੇ ਵੀ ਸਾਨੂੰ ਕੁਝ ਖਾਸ ਨਾ ਲੱਭਿਆ ਫਿਰ ਅਸੀਂ ਜਿਹੜਾ ਚੰਡੀਗੜ੍ਹ ਪਸੰਦ ਕੀਤਾ ਆ ਹਨਾ ਉੱਥੇ ਦੇਖਾਂਗੇ। ਚੰਡੀਗੜ੍ਹ ਦਾ ਵਲੌਗ ਅਸੀਂ ਕੱਲ ਤਾਂ ਨਹੀਂ ਬਣਾ ਪਾਏ ਕਿਉਂਕਿ ਅਸੀਂ ਇੰਨਾ ਜ਼ਿਆਦਾ ਥੱਕ ਚੁੱਕੇ ਸੀ ਦੁਕਾਨਾਂ 'ਚ ਘੁੰਮ ਘੁੰਮ ਕੇ ਵੀ ਵਲੌਗ ਦਾ ਦਿਮਾਗ 'ਚੋਂ ਨਿਕਲ ਗਿਆ ਵੀ ਅਸੀਂ ਵਲੌਗ ਵੀ ਸ਼ੁਰੂ ਕੀਤਾ ਹੋਇਆ। ਇੱਕ ਦੋ ਅਸੀਂ ਸ਼ਾਰਟਲਿਸਟ ਕਰ ਚੁੱਕੇ ਆ ਬੈੱਡ, ਉਹ ਅਸੀਂ ਤੁਹਾਨੂੰ ਉਦੋਂ ਦਿਖਾਵਾਂਗੇ ਜਦੋਂ ਅਸੀਂ ਲਵਾਂਗੇ। ਬਾਕੀ ਜੇ ਨਾ ਪਸੰਦ ਆਏ ਤਾਂ ਹਲੇ ਫਿਰ ਅਸੀਂ ਡ੍ਰੌਪ ਕਰਾਂਗੇ ਪਲਾਨ ਹਨਾ, ਵੀ ਜੇ ਕੁਛ
ਐਕਸਟਰਾ ਵਾਲਾ ਜਿਹੜਾ ਸਾਨੂੰ ਚਾਹੀਦਾ ਉਹ ਨਾ ਮਿਲਿਆ ਤਾਂ ਫਿਰ ਅਸੀਂ ਪਲਾਨ ਡ੍ਰੌਪ ਕਰ ਦਿੱਤਾ। ਬਜਟ ਵੀ ਸਹੀ ਹੋਵੇ ਤਾਂ ਹਾਂ, ਦੇਖਣ ਨੂੰ ਵੀ ਸੋਹਣਾ ਹੋਵੇ, ਮਤਲਬ ਦੇਖਣ ਨੂੰ ਸੋਹਣੇ ਬਹੁਤ ਸਾਰੇ ਮਿਲਦੇ ਪਏ ਆ, ਬਹੁਤ ਪਿਆਰੇ ਪਿਆਰੇ ਬੈੱਡ ਹੈ ਨਾ, ਲਗਜ਼ਰੀ ਬੈੱਡ ਆ ਜਿਹੜੇ ਸਸਤੇ ਚ ਵੀ ਆ, ਪਰ ਦਿੱਕਤ ਇਹ ਆ ਰਹੀ ਆ ਉਹਨਾਂ ਦਾ ਜਿਹੜਾ ਮਟੀਰੀਅਲ ਆ ਉਹ ਬਹੁਤ ਜ਼ਿਆਦਾ ਲੋਅ ਕੁਆਲਿਟੀ ਦਾ ਆ, ਪ੍ਰਾਈਸ ਵੀ ਠੀਕ ਆ ਪਰ ਮਟੀਰੀਅਲ ਦੇ ਨਾਲ ਕੰਪਰੋਮਾਈਜ਼ ਕਰਨਾ ਪੈ ਰਿਹਾ। ਸੋ ਮਟੀਰੀਅਲ ਦੇ ਨਾਲ ਕੰਪਰੋਮਾਈਜ਼ ਅਸੀਂ ਨਹੀਂ ਕਰਾਂਗੇ, ਕਿਉਂਕਿ ਜੇ ਮਟੀਰੀਅਲ ਹੀ ਹਲਕਾ ਲੈ ਲਿਆ ਫਿਰ ਸਾਲ ਦੋ ਸਾਲ ਬਾਅਦ ਉਹੀ ਬੈੱਡ ਦਾ ਬੁਰਾ ਹਾਲ ਹੋਇਆ ਹੋਵੇ ਤਾਂ ਫਿਰ ਤਾਂ ਮੈਨੂੰ ਲੱਗਦਾ 15,000 ਵੀ ਮਤਲਬ ਸਪੈਂਡ ਕਰਨਾ ਵੇਸਟੇਜ ਆਫ ਮਨੀ ਆ। ਹਨਾ, ਸਹੀ ਗੱਲ ਆ, ਕਿਉਂਕਿ ਜ਼ਿਆਦਾਤਰ ਇੱਦਾਂ ਆ ਕਿ ਜਿਹੜੇ ਆਪਣੇ ਵਧੀਆ ਮਟੀਰੀਅਲ ਹੈ ਤੇ ਉਹ ਹੈਗਾ ਹੈ ਬਹੁਤ ਹੀ ਜ਼ਿਆਦਾ ਮਹਿੰਗਾ, ਸਾਡੇ ਨੀਅਰ ਬਾਏ ਦੋ ਅਸੀਂ ਦੇਖ ਚੁੱਕੇ ਆ ਜਿਹਦੇ ਵਿਚ ਇੱਕ ਚੰਡੀਗੜ੍ਹ ਵਾਲੀ ਦੇ ਵਿਚ ਪਸੰਦ ਆਏ ਆ ਸਾਨੂੰ ਕੁਛ ਬੈੱਡ, ਤੇ ਹੁਣ ਇਹ ਵਾਲੀ ਆ ਆਪਾਂ ਥੋੜਾ ਰੇਟ ਦਾ ਕੰਪੈਰੀਜ਼ਨ ਕਰਾਂਗੇ, ਜੇ ਸਾਨੂੰ ਇੱਥੇ ਸਸਤਾ ਲੱਗਿਆ ਔਰ ਇੱਥੇ ਵਧੀਆ ਲੱਗਿਆ ਤਾਂ ਆਪਾਂ ਨਾਲ ਹੀ ਲਿਆਣਾ ਬੈੱਡ। ਜੀ ਮਾਰਕੀਟ ਹੈ ਤੇ ਮੈਨੂੰ ਲੱਗਦਾ ਹੈ ਦੁਕਾਨ ਹੋਣੀ ਹੈ ਆਪਣੀ, ਸ਼ੌਪ ਨਹੀਂ ਹੈ ਆਪਣਾ, ਹੋਈ 100 ਤੋਂ ਉੱਪਰ ਲਾ ਲੈਣਾ 50 ਕਈ ਕੱਲ ਦੇਖ ਲਈ, ਕਿਉਂਕਿ ਜਿੰਨੀਆਂ ਵੀ ਫਰਨੀਚਰ ਮਾਰਕੀਟ ਹੈ ਘੱਟੋ ਘੱਟ 50-60 ਕਰਨਾ ਹੈਗੀਆਂ ਇੱਕ ਚ। ਸਿਰਫ ਤੁਹਾਨੂੰ ਅਸੀਂ ਇੱਕ ਟਿਪ ਦਿਖਾਈ ਕੱਲ, ਬਟ ਉਹਦੇ ਅੱਗੇ ਵੀ ਅਸੀਂ ਦੋ ਮਾਰਕੀਟ ਹੋਰ ਦੇਖਿਆ, ਇਹ ਚੰਡੀਗੜ੍ਹ ਆਏ ਹੁਣ ਕੁਰਾਲੀ ਚੱਲੇ, ਸੋ ਦੇਖਦੇ ਹਾਂ। ਔਰ ਸਾਡੀ ਇਹ ਆਦਤ ਹੈਗੀ ਆ ਜਦੋਂ ਵੀ ਅਸੀਂ ਕੋਈ ਚੀਜ਼ ਨਵੀਂ ਬਾਏ ਕਰਨੀ ਹੁੰਦੀ ਆ ਜਿਹੜੀ ਕਾਫੀ ਟਾਈਮ ਤੱਕ ਯੂਜ਼ ਹੋਣੀ ਹੁੰਦੀ ਆ, ਅਸੀਂ ਉਹ ਐਵੇਂ ਅੱਖਾਂ ਬੰਦ ਕਰਕੇ ਬਾਏ ਨਹੀਂ ਕਰ ਲੈਂਦੇ, ਅਸੀਂ ਪਹਿਲਾਂ ਪ੍ਰੋਪਰ ਸਰਵੇ ਕਰਦੇ ਹਾਂ, ਦੇਖਦੇ ਹਾਂ ਵੀ ਕਿੱਥੋਂ ਕੀ ਚੀਜ਼ ਬੈਸਟ ਪੈਂਦੀ ਆ, ਔਰ ਪ੍ਰਾਈਸ ਵੀ ਦੇਖਦੇ ਹਾਂ ਵੀ ਪ੍ਰਾਈਸ ਕਿੱਦਾਂ ਦਾ ਪੈਂਦਾ ਆ, ਘੱਟ ਪੈਂਦਾ ਜ਼ਿਆਦਾ ਪੈਂਦਾ, ਉਹ ਚੀਜ਼ ਸਾਰੀਆਂ ਕੈਲਕੂਲੇਟ ਕਰਨ ਤੋਂ ਬਾਅਦ ਅਸੀਂ ਚੀਜ਼ ਲੈਂਦੇ ਹਾਂ। ਹਾਂਜੀ, ਤੇ ਮੈਨੂੰ ਇੱਕ ਚੀਜ਼ ਇਹ ਵੀ ਲੱਗਦੀ ਆ ਜੇ ਅਸੀਂ ਤੁਹਾਨੂੰ ਸਾਰਾ ਵਲੌਗ ਦਿਖਾਉਂਦੇ ਤਾਂ ਰਾਤ ਦੇ ਸਾਨੂੰ 9 ਵਜ ਗਏ ਸੀਗੇ, ਅਸੀਂ ਤੁਹਾਨੂੰ 5-6 ਘੰਟੇ ਦਾ ਵਲੌਗ ਨਹੀਂ ਬਣਾ ਸਕਦੇ ਪ੍ਰੋਪਰ, ਅਸੀਂ ਪਹਿਲਾਂ ਪ੍ਰੋਪਰ ਸਰਵੇ ਕਰਦੇ ਆ ਫਿਰ ਅਸੀਂ ਡਿਸਾਈਡ ਕਰਾਂਗੇ ਕਿਹੜਾ ਕਿਹੜਾ ਲੈਣਾ, ਸੋ ਆਪਾਂ ਚੱਲਦੇ ਹਾਂ। ਹਾਂਜੀ, ਮਾਰਕੀਟ ਆਪਾਂ ਚਲੇ ਗਏ ਸੀਗੇ ਅੰਦਰ, ਪਰ ਇੱਥੇ ਸ਼ਾਪਸ ਵੀ ਬਹੁਤ ਘੱਟ ਆ ਔਰ ਉਦਾਂ ਵੀ ਨਾ ਵੈਰਾਈਟੀ ਹੈ ਨੀਗਾ, ਪ੍ਰਾਈਸ ਬਹੁਤ ਹੀ ਜ਼ਿਆਦਾ ਹੈ ਨਾ, ਪਿੱਛੇ ਮਾਰਕੀਟ ਮੇਰੇ ਨਜ਼ਰ ਆ ਰਹੀ ਹੋਣੀ ਹੈ, ਅਸੀਂ ਹੁਣੇ ਅੰਦਰ ਜਾ ਕੇ ਆਏ ਇਸੇ ਕਰਕੇ ਅਸੀਂ ਕਲਿੱਪਸ ਜ਼ਿਆਦਾ ਦਿਖਾਈਆਂ ਨੇ, ਕਿਉਂਕਿ ਡਿਜ਼ਾਈਨਸ ਵੀ ਨਹੀਂ ਹੈਗੇ ਇੰਨੇ ਸੋਹਣੇ, ਈਵਨ ਹੈ ਹੀ ਨਹੀਂ ਗੇ ਮੇਰੇ ਅਕੋਰਡਿੰਗ ਤਾਂ ਹੈ ਹੀ ਨਹੀਂ ਇੱਥੇ ਡਿਜ਼ਾਈਨ, ਬਹੁਤ ਹੀ ਜ਼ਿਆਦਾ ਬੇਸਿਕ ਵਾਲੇ ਆ, ਸੋਹਣੇ ਤਾਂ ਬਿਲਕੁਲ ਨਹੀਂ ਹੈਗੇ ਔਰ ਪ੍ਰਾਈਸ ਬਹੁਤ ਹੀ ਜ਼ਿਆਦਾ ਆ। ਜਿਹੜਾ ਬੈੱਡ ਅਸੀਂ ਹਨਾ ਜਿਹੜਾ ਬੈੱਡ ਅਸੀਂ ਚੰਡੀਗੜ੍ਹ ਪੁੱਛ ਕੇ ਆਏ ਆ ਲਾਈਕ 14,000 ਦਾ, ਇੱਥੇ ਉਹ 18,000 ਦਾ ਦੇ ਰਿਹਾ, 19 ਦਾ ਵੀ ਦੇ ਰਹੇ ਸੀਗੇ ਹਨਾ, ਇੱਕ 19 ਦਾ ਵੀ ਦੇ ਰਹੇ ਸੀਗੇ, ਸੋ ਹੁਣ ਅਸੀਂ ਚੰਡੀਗੜ੍ਹ ਹੀ ਜਾ ਰਹੇ ਹਾਂ। ਚਲੋ ਚਲੋ, 15,000 ਉੱਪਰ ਪਲਾਈ ਹੈ, ਦਿਖਾਓ ਇਸ ਤੋਂ ਖੋਲ ਕੇ ਦਿਖਾਣਾ ਜਰਾ, ਬਾਕੀ ਸਾਰਾ ਨੀਚੇ ਦਾ ਬੋਰਡ ਹੈ ਹਨਾ ਜੀ, ਤੁਸੀਂ ਜੋ ਲਗਾਤੇ ਹੋਏ ਬਤਾਏਗੇ ਜੀ, ਮੈਂ ਬਾਜ਼ਾਰ ਮੇਂ ਲੋਕ ਕੁਛ ਵੀ ਕਹਿ ਲੈਣ, ਹਾਂ ਬਾਜ਼ਾਰ ਮੇਂ ਤਾਂ ਲੋਕ ਕੁਛ ਵੀ ਕਹਿ ਲੈਣ, ਹਾਂ ਗ੍ਰੇ ਕਲਰ ਮੇਂ ਹੈ, ਗ੍ਰੇ ਕਲਰ ਮੇਂ ਗ੍ਰੇ ਮਿਲ ਜਾਏਗਾ, ਕੌਨ ਸਾ ਹੈ ਡਿਜ਼ਾਈਨ ਦਿਖਾਤਾ ਮੈਂ ਇੱਕ ਵਾਰ ਦੇਖੋ, ਆਗੇ ਵੀ ਹੈ, ਆਗੇ ਚਲੋ ਡਿਜ਼ਾਈਨ ਤਾਂ ਇਹਨਾਂ ਕੋਲ ਸੋਹਣੇ ਹੀ, ਇਹ ਲੱਕੜ ਦਾ ਔਰ ਇਹ ਵਾਲਾ ਭਈਆ ਬੈਲੀ ਹੈ, ਹੈ ਇਹ ਕੌਨ ਸੀ ਲੱਕੜ ਹੈ, ਠੀਕ ਬੋਲ ਰਿਹਾ ਠੀਕ ਹੈ, ਵੋ ਸਾਥ ਹੋਤਾ ਹੈ, ਵੋ ਸਾਥ ਮੇਂ ਇਸਕੇ ਜੀ, ਹਾਂਜੀ ਆਇਆ ਪਸੰਦ ਕੋਈ, ਹਲੇ ਤੱਕ ਕੋਈ ਇੰਨਾ ਖਾਸ ਨਹੀਂ, ਖਾਸ ਨਹੀਂ। ਹਾਂਜੀ ਅਸੀਂ ਮਾਰਕੀਟ ਹੀ ਆ, ਮਾਰਕੀਟ ਹੀ ਆ ਤੇ ਪਰ ਖੱਜਲ ਖੁਆਰੀ ਬਹੁਤ, ਹਲੇ ਵੀ ਕੁਝ ਫਾਈਨਲ ਨਹੀਂ ਹੋਇਆ, ਆ ਦੇਖੋ ਤੁਹਾਡੇ ਤੁਸੀਂ ਜਿਹੜੇ ਪਿੱਛੇ ਦੇਖ ਸਕਦੇ ਹੋ ਸਾਰੇ ਹੀ ਉਹ ਤੁਸੀਂ ਲੈਣ ਤੋਂ ਆਏ ਆ ਤੇ ਅਜੇ ਵੀ ਮਤਲਬ 50% ਫਾਈਨਲ ਹੈ, ਕਿਉਂਕਿ ਡਾਈਸੀ ਸਿਚੁਏਸ਼ਨ ਆ, ਡਾਈਸੀ ਸਿਚੁਏਸ਼ਨ ਹੈ
क्योंकि घर भी बैड पिया उन्होंने भी सेल करना है वो इन्हों दे के कटवा के गड्डी वाले भी पैसे देने हैं तो बैड भी बनवाना है क्योंकि बैड जो कलर चाहते वह बनया नहीं होया तो वह डिजाइन भी नहीं है जो अं चाहते हैं तो मनु समझ नहीं लग रहा कि हो रहा क्योंकि दिमाग बहुत खराब हो गया हूँ तो यही है आज का व्लॉग इतने खत्म हूँ ये अगले व्लॉग च पता लगेगा हाँ पता की है आऊगा कि नहीं आऊगा अगले व्लॉग च पता लगू क्योंकि असी घंटा हो गया सिर खपाई करते भरावा इन्ने का नहीं इन्ने का इन्ना नहीं अभी बहुत बारगेनिंग की तो मैं बहुत बारगेनिंग करते हैं बट करनी भी पैंती क्योंकि जो सेम बैड आ बनया हुआ वह कह रहा वा अपन 12 का तो जोड़ा आप चाहते हैं वह सू ज़्यादा महंगा कह रहा तो हूँ अं करिए तो करिए कि हम इन कहा कि घर आ तेन बैड की फोटो भेजते हैं पहले सूँ वह दस कि कट्टेगा तू बस दिमाग खराब हो गया बड़ी बड़ी बेस्ट मसाई हुई इस करके दिमाग खराब है आज ब्लॉग ना इदे कटो बैड बुड अं तुम विखाते थोड़े बहुत आऊगा कि नहीं आऊगा नैक्सट ब्लॉग पता लगेगा जो ब्लॉग वधिया लगे लाइक शेयर कमेंट जरूर करो तो तुम साढ़े पिछले देख सकते हो फर्नीचर मार्केट सारी है वधिया फर्नीचर इतने वो तो नैक्सट ब्लॉग से दसा कि हिसाब किताब है सो अज का ब्लॉग इन्ना ही उदों तक ली बाय एंड टेक केयर।